ਇਹਨਾਂ ਦੇ ਨਾ ਬੇਟੇ ਨੇ ਹਰਪ੍ਰੀਤ ਨੇ ਆਪਣੇ ਲਾਇਸੈਂਸੀ ਆਪਣੇ ਫਾਦਰ ਦੇ ਲਾਇਸੈਂਸੀ ਵੈਪਨ ਦੇ ਨਾਲ ਆਪਣੇ ਫਾਦਰ ਨੂੰ ਇੱਕ ਰਾਈਫਲ ਹੈਗੀ ਆ .22 ਉਹਦੇ ਨਾਲ ਦੇਖੇ ਚਾਰ ਪੰਜ ਫਾਇਰ ਉਹਨਾਂ ਦੇ ਵੱਜੇ ਆ ਜੀ। ਮਦਰ ਦੇ ਇੱਕ ਫਾਇਰ ਮਾਰਿਆ ਇੱਥੇ ਗਲ ਦੇ ਵਿੱਚ ਦਨਾਲੀ ਦਾ ਜੀ, ਅਤੇ ਇੱਕ ਆਪਣੇ ਬ੍ਰਦਰ ਦੀ ਛਾਤੀ ਵਿੱਚ ਫਾਇਰ ਮਾਰਿਆ, ਤਿੰਨਾਂ ਨੂੰ ਉਹਨੇ ਮਾਰ ਦਿੱਤਾ ਜੀ। देख सकते हो बिल्कुल उन्होंने नाल का घर है। ਅੱਧਾ ਘੰਟਾ ਪਹਿਲਾਂ ਮੌਕੇ 'ਤੇ ਆਇਆ। ਇਹਦਾ ਏਰੀਆ ਪੁਲਿਸ ਸਟੇਸ਼ਨ ਲਾਂਬੜੇ ਦਾ ਜਲੰਧਰ ਰੂਰਲ ਦਾ ਪੈਂਦਾ, ਟਾਵਰ ਇਨਕਲੇਵ ਫੇਸ 3 ਕੋਠੀ ਨੰਬਰ 175 ਹੈ ਜੀ। ਇਸ ਕੋਠੀ ਦੇ ਵਿੱਚ ਇਹ ਜਗਵੀਰ ਸਿੰਘ ਦਾ ਮਾਲਕ ਹੈਗਾ, ਉਹਦੀ ਵਾਈਫ ਹੈ ਅਮਰਪਾਲ ਕੌਰ ਅਤੇ ਉਹਨਾਂ ਦਾ ਬੇਟਾ ਇੱਕ ਗਗਨ, ਅਤੇ ਇਹ ਇਹਨਾਂ ਦੇ ਨਾ ਬੇਟੇ ਨੇ ਹਰਪ੍ਰੀਤ ਨੇ ਆਪਣੇ ਲਾਇਸੈਂਸੀ ਆਪਣੇ ਫਾਦਰ ਦੇ ਲਾਇਸੈਂਸੀ ਵੈਪਨ ਦੇ ਨਾਲ ਆਪਣੇ ਫਾਦਰ ਨੂੰ ਇੱਕ ਰਾਈਫਲ ਹੈਗੀ ਆ .22 ਉਹਦੇ ਨਾਲ ਦੇਖੇ ਚਾਰ ਪੰਜ ਫਾਇਰ ਉਹਨਾਂ ਦੇ ਵੱਜੇ ਆ ਜੀ। ਮਦਰ ਦੇ ਇੱਕ ਫਾਇਰ ਮਾਰਿਆ ਇੱਥੇ ਗਲ ਦੇ ਵਿੱਚ ਦਨਾਲੀ ਦਾ ਜੀ, ਅਤੇ ਇੱਕ ਆਪਣੇ ਬ੍ਰਦਰ ਦੀ ਛਾਤੀ ਵਿੱਚ ਫਾਇਰ ਮਾਰਿਆ, ਤਿੰਨਾਂ ਨੂੰ ਉਹਨੇ ਮਾਰ ਦਿੱਤਾ ਜੀ। ਅਤੇ ਮਾਰ ਕੇ ਤਾਂ ਆਪ ਇੱਥੋਂ ਘਰੋਂ ਜਿਹੜਾ ਭੱਜ ਗਿਆ ਹੈਗਾ। ਮੌਕੇ 'ਤੇ ਆਏ ਹਾਂ, ਤਿੰਨਾਂ ਬੋੜੀਆਂ ਨੂੰ ਅਸੀਂ ਜਿਹੜਾ ਇਹਨਾਂ ਦੀ ਅਸੀਂ ਮੌਕੇ 'ਤੇ ਹੁਣ ਸਾਰੀ ਕਾਰਵਾਈ ਲੱਗੇ ਕਰਨ ਜੀ। ਅਤੇ ਜੋ ਸਾਨੂੰ ਹਾਲੇ ਫਿਲਹਾਲ ਜਿਹੜਾ ਪਤਾ ਲੱਗਾ ਘਰ ਦੇ ਵਿੱਚ ਡਿਸਪਿਊਟ ਜਿਹੜਾ ਇਹਨਾਂ ਦਾ ਫਾਦਰ ਦਾ ਅਤੇ ਇਹਦੇ ਜਿਹੜਾ ਬੇਟੇ ਦਾ ਜਿਹੜਾ ਕਿਵੇਂ ਜਿਹੜਾ ਚੱਲਦਾ ਸੀਗਾ, ਪ੍ਰੋਪਰਟੀ ਨੂੰ ਲੈ ਕੇ ਕਹਿ ਰਿਹਾ ਸੀ ਮੇਰੇ ਨਾਂ ਲਵਾ ਦਿਓ, ਇਸ ਤਰ੍ਹਾਂ ਦੀ ਕੋਈ ਗੱਲ ਸਾਨੂੰ ਪਤਾ ਲੱਗੀ ਆ। ਬਾਕੀ ਸਾਰੀ ਗੱਲ ਜਿਹੜੀ ਆ ਉਹ ਹੌਲੀ ਹੌਲੀ ਅਸੀਂ ਕਲੀਅਰ ਕਰ ਰਹੇ ਹਾਂ। ਕਿੰਨੇ ਰੂਮ ਦੱਸਦੇ ਜਿਹਦੇ ਗੋਲੀਆਂ ਚਲਾਈਆਂ ਨੇ, ਉਹ ਮੈਰਿਡ ਹੈ ਜਾਂ ਅਨਮੈਰਿਡ? ਮੈਰਿਡ ਹੈ ਜੀ, ਉਹਨਾਂ ਦੋ ਬੱਚੇ ਉਹਦੇ, ਵਾਈਫ ਉਹਦੀ ਪਤਾ ਲੱਗਾ ਉਹ ਕਿਹਦੀ ਜਿਹਦੇ ਦੋ ਉਹਦੇ ਬੱਚੇ ਸੀ। ਕੀ ਉਹ ਤੁਹਾਡੇ ਕਿੰਨੇ ਸਰ ਇਸ ਸਮੇਂ ਹਿਰਾਸਤ 'ਚ ਆ ਬੱਚੇ? ਨਹੀਂ ਹਿਰਾਸਤ ਨਹੀਂ, ਹਲੇ ਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਮਿਲੀ ਆ, ਉਹ ਲੱਗ ਸਕਦਾ ਕਿ ਜਿਹੜੇ ਉਹ ਪੁਲਿਸ ਪਾਰਟੀ ਦੇ ਹੈਗੇ ਆ। ਸਰ ਕਿੰਨੇ ਕੁ ਰਾਊਂਡ ਫਾਇਰ ਹੋਏ ਨੇ ਮੌਕੇ, ਕਿੰਨੇ ਕੁ ਰਾਊਂਡ ਫਾਇਰ ਹੋਏ ਨੇ ਮੌਕੇ? ਰਾਊਂਡ ਜਿਹੜੇ ਨੀਅਰ ਅਬਾਊਟ ਜਿਹੜੇ ਕਲੀਅਰ ਉਹਦਾ 7 ਹੈਗੇ ਆ ਜਿਹੜੇ ਬੋਡੀਆਂ ਦੇ ਵੱਜੇ ਆ ਜੀ, ਅਸੀਂ ਦੇਖੇ ਚੈੱਕ ਕੀਤੇ ਆ ਜੀ। ਬਾਕੀ ਅਸੀਂ ਸਰਚ ਕਰ ਰਹੇ ਹਾਂ ਜੀ, ਉਹਦੀ ਪੁੱਛਗਿੱਛ ਕਰਾਂਗੇ। ਸਰ ਵੈਪਨ ਕਬਜ਼ੇ ਲੈ ਲਏਗੇ ਜੀ? ਵੈਪਨ ਅਸੀਂ ਜਿਹੜੇ ਮੌਕੇ ਤੋਂ, ਕਿਸ ਵੈਪਨ ਤੋਂ ਸਾਰੇ ਫਾਇਰਿੰਗ ਹੋਈ ਜੀ? ਵੈਪਨ ਜਿਹੜਾ ਇਹ ਇੱਕ ਰਾਈਫਲ ਹੁੰਦੀ .22 ਜੀ। ਸਰ ਲਾਇਸੈਂਸ ਸੀ? ਲਾਇਸੈਂਸ ਸੀ ਉਹਦੇ ਫਾਦਰ ਦੀਆਂ ਜੀ। ਅੱਛਾ, ਫਾਦਰ ਸਾਹਿਬ ਦਾ ਉਹਦਾ ਲੜਕੇ ਕੁਝ ਗਿਆ ਸਕਿਉਰਟੀ ਦਾ ਕੰਮ ਕਰਦਾ ਜੀ ਇੱਥੇ ਜੀ, ਅਤੇ ਉਹਦਾ ਬ੍ਰਦਰ ਉਹਦਾ ਦਾਦੇ ਥੋੜ੍ਹਾ ਉਹ ਸਿਧਰਾ ਹੈ ਸਮਾਜੀ ਤੌਰ 'ਤੇ, ਮਦਰ ਵੀ ਥੋੜ੍ਹੀ ਦਾਦੇ ਵੀ ਇਸ ਤਰ੍ਹਾਂ, ਅਤੇ ਫਾਦਰ ਦੇ ਨਾਲ ਉਹਦਾ ਡਿਸਪਿਊਟ ਸੀ ਜਿਹਦੇ ਕਰਕੇ ਉਹਨੇ ਇਹਨਾਂ ਨੂੰ ਆਪਣੇ ਤਿੰਨਾਂ ਨੂੰ। ਸਰ ਮ੍ਰਿਤਕ ਲੜਕਾ ਕੀ ਕੰਮ ਕਰਦਾ ਸੀ? ਲੜਕਾ ਹਾਲੇ ਤਾਂ ਪਤਾ ਲੱਗਾ ਵਿਹਲਾ ਹੀ ਹੈ ਜੀ।